ਵਿਆਹ ਤੋਂ ਇੱਕ ਦਿਨ ਪਹਿਲਾਂ ਪ੍ਰੇਮੀ ਨਾਲ ਭੱਜੀ ਕੁੜੀ, ਭਰਾ ਨੇ ਜਿੰਦਾ ਭੈਣ ਦਾ ਕੀਤਾ ਅੰਤਿਮ ਸੰਸਕਾਰ। ਹਾਰ ਦੇ ਪੂਰਨੀਆਂ 'ਚ ਵਿਆਹ ਤੋਂ ਇੱਕ ਦਿਨ ਪਹਿਲਾਂ ਪ੍ਰੇਮੀ ਨਾਲ ਫਰਾਰ ਹੋਈ ਕੁੜੀ ਦੇ ਭਰਾ ਨੇ ਜਿੰਦਾ ਭੈਣ ਦਾ ਅੰਤਿਮ ਸੰਸਕਾਰ ਕਰ ਦਿੱਤਾ। ਮਾਪਿਆਂ ਨੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਲੜਕੀ ਦੀ ਅਰਥੀ ਕੱਢੀ ਅਤੇ ਫਿਰ ਉਸਦੇ ਪੁਤਲੇ ਦਾ ਸੰਸਕਾਰ ਕਰ ਦਿੱਤਾ। ਗੁੱਸਾ ਇੰਨਾ ਸੀ ਕਿ ਭੈਣ ਦਾ ਸਮਾਜਿਕ ਬਾਈਕਾਟ ਵੀ ਕਰ ਦਿੱਤਾ। ਮਾਮਲਾ ਪੂਰਨੀਆਂ ਦੇ ਟਿੱਕਾ ਪੱਟੀ ਦੀ 19 ਸਾਲਾਂ ਸਵੀਟੀ ਦਾ ਹੈ, ਜੋ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਘਰੋਂ ਭੱਜ ਗਏ। ਸਵੀਟੀ ਦਾ 12 ਜੂਨ ਨੂੰ ਵਿਆਹ ਹੋਣਾ ਸੀ। ਹਲਦੀ ਦੀ ਰਸਮ ਵੀ ਪੂਰੀ ਕੀਤੀ ਗਈ। ਘਰ ਵਿੱਚ ਜਸ਼ਨ ਦਾ ਮਾਹੌਲ ਸੀ। ਬਰਾਤ ਪਾਗਲਪੁਰ ਤੋਂ ਆਉਣੀ ਸੀ, ਪਰ ਸਵੀਟੀ 11 ਜੂਨ ਨੂੰ ਹੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਇਸ ਤੋਂ ਬਾਅਦ ਗੁੱਸੇ 'ਚ ਆ ਕੇ ਲੜਕੀ ਦੇ ਭਰਾ ਬਿਹਾਰੀ ਗੁਪਤਾ ਅਤੇ ਪਰਿਵਾਰਕ ਮੈਂਬਰਾਂ ਨੇ ਉਸਦਾ ਪੁਤਲਾ ਫੂਕ ਦਿੱਤਾ। ਇਸ ਦੌਰਾਨ ਲੜਕੀ ਦੇ ਭਰਾ ਅਤੇ ਪਰਿਵਾਰ ਨੇ ਸਾਰੀਆਂ ਰਸਮਾਂ ਦਾ ਪਾਲਣ ਕਰਦਿਆਂ ਸਵੀਟੀ ਦਾ ਪੁਤਲਾ ਫੂਕਿਆ। ਲੜਕੀ ਦੇ ਭਰਾ ਬਿਹਾਰੀ ਗੁਪਤਾ ਨੇ ਦੱਸਿਆ ਕਿ ਉਸਦਾ ਇੱਕ ਭਰਾ ਅਤੇ ਦੋ ਭੈਣਾਂ ਹਨ। ਉਹਨਾਂ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ। ਉਹ ਬਾਹਰੋਂ ਕਮਾਈ ਕਰਕੇ ਆਪਣੀਆਂ ਦੋ ਭੈਣਾਂ ਅਤੇ ਮਾਂ ਦਾ ਪਾਲਣ ਪੋਸ਼ਣ ਕਰਦਾ ਸੀ। ਭੈਣ ਦਾ ਵਿਆਹ ਪੱਕਾ ਹੋ ਗਿਆ। ਲੜਕਾ ਲੜਕੀ ਦੋਵਾਂ ਨੇ ਇੱਕ ਦੂਜੇ ਨੂੰ ਦੇਖਿਆ ਅਤੇ ਲੜਕੀ ਵਿਆਹ ਲਈ ਰਾਜ਼ੀ ਹੋ ਗਈ। ਲੇਕਿਨ ਵਿਆਹ ਤੋਂ ਇੱਕ ਦਿਨ ਪਹਿਲਾਂ ਉਸਦੀ ਭੈਣ ਆਪਣੇ ਪ੍ਰੇਮੀ ਨਾਲ ਭੱਜ ਗਈ। ਦੱਸ ਦਈਏ ਕਿ ਜਦੋਂ ਜਿੰਦਾ ਧੀ ਦੀ ਅਰਥੀ ਕੱਢੀ ਜਾ ਰਹੀ ਸੀ ਤਾਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਉਹ ਨਾ ਬੋਲ ਸਕਦੀ ਸੀ ਅਤੇ ਨਾ ਹੀ ਕੁਝ ਕਰ ਸਕਦੀ ਸੀ। ਸਥਾਨਕ ਭਾਜਪਾ ਦੇ ਟਿੱਕਾ ਪੱਟੀ ਮੰਡਲ ਪ੍ਰਧਾਨ ਅਰਵਿੰਦ ਕੁਮਾਰ ਸ਼ਾਹ ਨੇ ਕਿਹਾ ਕਿ ਜੇਕਰ ਲੜਕੀ ਪਹਿਲਾਂ ਬੋਲਦੀ ਤਾਂ ਉਹਨਾਂ ਨੇ ਉਸਦਾ ਵਿਆਹ ਪ੍ਰੇਮੀ ਨਾਲ ਹੀ ਕਰਵਾ ਦੇਣਾ ਸੀ, ਪਰ ਉਹ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਚੁੱਪਚਾਪ ਭੱਜ ਗਏ।